ਪ੍ਰੋਗਰਾਮ ਦਾ ਸਹੋਤਾਸ਼ਵ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸੂਬੇ BC ਤੋਂ ਬਰਿਟਿਸ਼ ਕੋਲੰਬੀਆ ਦੇ ਵਿੱਚ ਕਾਫੀ ਇਹ ਮਾਮਲੇ ਪਹਿਲਾਂ ਇੱਕ ਦੋ ਸਾਲਾਂ 'ਚ ਦੇਖੇ ਗਏ ਆ ਇਹ ਅਚਾਨਕ ਹਮਲੇ ਵਧ ਰਹੇ ਆ ਇਹ ਨਫ਼ਰਤੀ ਹਮਲੇ ਅਣਜਾਣਾਂ ਦੇ ਉੱਤੇ ਹੋ ਰਹੇ ਆ ਕੋਈ ਕਿਸੇ ਨੂੰ ਜਾਣਦਾ ਨਹੀਂ ਹੁੰਦਾ ਤੁਰਿਆ ਜਾ ਰਿਹਾ ਪਿੱਛੋਂ ਉਹਨੂੰ ਉਹਦੇ ਇੱਕ ਸੋਨ ਮਾਰੇ ਜਾਂਦੇ ਆ ਉਹਨੂੰ ਧੱਕਾ ਦੇ ਦਿੱਤਾ ਜਾਂਦਾ ਜਾਂ ਉਹਦੇ ਕੋਈ ਹੋਰ ਸੱਟ ਫੇਟ ਮਾਰੀ ਜਾਂਦੀ ਆ ਸੋ ਜਿਹੜੇ ਨਫਰਤੀ ਜਿਹੜੇ ਮਾਮਲੇ ਆ ਉਹ ਹੇਟ ਇਨਸੀਡੈਂਟਸ ਦੇ ਅੰਡਰ ਰਿਪੋਰਟ ਕੀਤੇ ਗਏ ਆ ਬਹੁਤਿਆਂ ਮਾਮਲਿਆਂ ਵਿੱਚ ਤਾਂ ਇਹ ਸੀਗਾ ਕਿ ਜਿਹੜਾ ਹਮਲਾਵਰ ਸੀ ਉਹ ਜਿਹਦੇ ਤੇ ਹਮਲਾ ਕੀਤਾ ਉਹਨੂੰ ਜਾਣ ਦਾ ਤੱਕ ਨਹੀਂ ਸੀਗਾ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਕੋਈ ਫ੍ਰਸਟ੍ਰੇਸ਼ਨ ਸੀਗੀ ਇਹਨਾਂ ਨੂੰ ਨਸਲੀ ਹਮਲਾਵਰ ਨਹੀਂ ਕਿਹਾ ਜਾ ਸਕਦਾ ਪਰ ਇਹ ਕਾਫੀ ਵਧ ਰਹੇ ਸੀਗੇ ਕੋਵਿਡ 19 ਤੋਂ ਬਾਅਦ ਜਿਹੜਾ ਇੱਕ ਕਰੋਨਾ ਦਾ ਯੁੱਗ ਚੱਲਿਆ ਉਸ ਤੋਂ ਬਾਅਦ ਇਹ ਫ੍ਰਸਟ੍ਰੇਸ਼ਨ ਲੋਕਾਂ ਦੇ ਵਿੱਚ ਕਾਫੀ ਵਧੀ ਆ ਇਹ ਵੀ ਕਹਿ ਸਕਦੇ ਆ ਕਿ ਅਮੀਰ ਗਰੀਬ ਦਾ ਪਾੜਾ ਵਧਿਆ ਤੇ ਅੱਡ ਅੱਡ ਥਾਂਾਂ ਦੇ ਉੱਤੇ ਹਮਲੇ ਹੋਏ ਆ ਕੱਲੇ BC ਦੇ ਵਿੱਚ ਨਹੀਂ ਟ੍ਰਾਂਟੋ ਦੇ ਵਿੱਚ ਅਲਬਰਟਾ ਦੇ ਵਿੱਚ ਵੀ ਇਹੋ ਜਿਹਾ ਕੁਝ ਮਾਮਲੇ ਸਾਹਮਣੇ ਆਏ ਸੀ ਹੁਣ ਇਸ ਸਬੰਧੀ BC ਦੇ ਹਿਊਮਨ ਰਾਈਟਸ ਕਮਿਸ਼ਨ ਨੇ ਇੱਕ ਰਿਪੋਰਟ ਤਿਆਰ ਕੀਤੀ ਆ ਤੇ ਉਹਨਾਂ ਨੇ ਇਹ ਕਿਹਾ ਕਿ ਇਸ ਇਨਕੁਆਇਰੀ ਦੇ ਵਿੱਚ ਗੱਲ ਇਹ ਸਾਹਮਣੇ ਆਈ ਆ ਕਿ BC ਦੇ ਵਿੱਚ ਬਹੁਤ ਹੀ ਨਾਟਕੀ ਢੰਗ ਦੇ ਨਾਲ ਇਹਨਾਂ ਕੇਸਸ ਦੀ ਗਿਣਤੀ ਜਿਹੜੀ ਆ ਕਾਫੀ ਵਧੀਆ ਜੋ ਕਿ ਵੱਡੀ ਚਿੰਤਾ ਵਾਲੀ ਗੱਲ ਆ ਤੇ ਉਹਨਾਂ ਨੇ ਨਾਲੇ ਵੀ ਕਿਹਾ ਕਿ ਇਹਦੇ ਵਾਸਤੇ ਸੋਸ਼ਲ ਮੀਡੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਿੰਮੇਵਾਰ ਆ ਸੋਸ਼ਲ ਮੀਡੀਆ ਇੱਕ ਪ੍ਰੋਜੈਕਟ ਟੂਲ ਦੇ ਸਾਹਮਣੇ ਆਇਆ ਕਿ ਜਿਹਦੇ ਉੱਤੇ ਇਹੋ ਜਿਹੀਆਂ ਗੱਲਾਂបੱਤਾਂ ਫਲਾਈਆਂ ਗਈਆਂ ਕਿ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਇੱਕ ਦੂਜੇ ਦੇ ਪ੍ਰਤੀ ਵੱਧ ਰਹੀ ਆ ਤੇ ਉਹ ਫਿਰ ਨਫ਼ਰਤ ਦਾ ਜਿਹੜਾ ਪ੍ਰਗਟਾਵਾ ਆ ਉਹ ਕਈ ਵਾਰੀ ਹਿੰਸਾ ਦੇ ਰੂਪ ਦੇ ਵਿੱਚ ਨਿਕਲਦਾ ਆ ਨਾਲ ਦੀ ਨਾਲ ਇਸ ਰਿਪੋਰਟ ਦੇ ਵਿੱਚ ਬੀਸੀ ਸਰਕਾਰ ਦੀ ਵੀ ਨੁਕਤਾਚੀਨੀ ਕੀਤੀ ਗਈ ਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਜੋ ਕੁਝ ਕਰਨਾ ਚਾਹੀਦਾ ਸੀਗਾ ਉਹ ਕੀਤਾ ਨਹੀਂ ਗਿਆ ਜਿਸ ਕਰਨਾ ਇਸੇ ਜਿਹੇ ਮਾਮਲੇ ਆ ਉਹ ਲਗਾਤਾਰ ਵਧਦੇ ਚਲੇ ਜਾ ਰਹੇ ਆ ਸੋ ਕੁਝ ਸਫਾਰਸ਼ਾਂ ਇਸ ਦੇ ਵਿੱਚ ਸਰਕਾਰ ਨੂੰ ਕੀਤੀਆਂ ਗਈਆਂ ਆ ਕਿ ਕਿਵੇਂ ਸੋਸ਼ਲ ਮੀਡੀਆ ਨਾਲ ਲੱਥ ਪਾਈ ਜਾ ਸਕਦੀ ਆ ਕਿਵੇਂ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕਦੀ ਆ ਲੋਕਾਂ ਨੂੰ ਜਾਗਰੂਕਤਾ ਲੋਕਾਂ ਨੂੰ ਜਾਗਰੂਕ ਕਰਕੇ ਦੱਸਿਆ ਜਾ ਸਕਦਾ ਆ ਤਾਂ ਕਿ ਉਹ ਇਹੋ ਜਿਹੇ ਮਾਮਲਿਆਂ ਤੋਂ ਬਚ ਸਕਣ ਪਰ ਇੱਕ ਚਿੰਤਾ ਵਾਲੀ ਗੱਲ ਜਿਹੜੀ ਹੈ ਉਹੀ ਇਸ ਰਿਪੋਰਟ ਦੇ ਵਿੱਚ ਕਿ ਇਹ ਮਾਮਲੇ ਲਗਾਤਾਰ ਵਾਧੇ ਚਲੇ ਜਾ ਰਹੇ ਆ ਜੀ। ਅ ਕਈ ਮਾਮਲੇ ਹੁਣ ਬੀਤੇ ਦੇ ਵਿੱਚ ਵੀ ਅੱਜ ਅ ਹੋਰ ਖਬਰ ਚੱਲ ਰਹੀ ਆ ਕਿ ਪੋਰਟ ਮੋਡੀ ਅਸਰੀ ਤੋਂ ਥੋੜੀ ਦੂਰ ਸਥਿਤ ਸ਼ਹਿਰ ਆ ਉੱਥੇ ਲੜਾਈ ਹੋਈ ਕੁਝ ਟੀਨੇਜਰਜ਼ ਵੱਲੋਂ ਇੱਕ ਹੋਰ ਵਿਅਕਤੀ ਦੇ ਨਾਲ ਝਗੜੇ ਤੋਂ ਬਾਅਦ ਉਹਦੇ ਸਿਰ ਵਿੱਚ ਥੋੜੇ ਮਾਰ ਦਿੱਤੇ ਗਏ ਆ। ਇਹੋ ਜਿਹੀਆਂ ਖਬਰਾਂ ਜਿਹੜੀਆਂ ਅਕਸਰ ਚੱਲ ਰਹੀਆਂ ਆ ਤੇ ਇਹਦੀਆਂ ਖਬਰਾਂ ਦੇ ਚੱਲਦਿਆਂ ਫਿਰ ਚਿੰਤਾ ਤਾਂ ਜਿਹੜੀ ਆ ਉਹ ਵਧ ਹੀ ਜਾਂਦੀ ਹੈ ਜੀ। ਗੱਲ ਆ RCMP ਦੀ ਕਰੀਏ ਤਾਂ RCMP ਨੇ ਕਿਸੇ ਵੇਲੇ ਕੈਨੇਡਾ ਦੀ ਪੁਲਿਸਿੰਗ ਜਿਹੜੀ ਆ ਸੰਭੀ ਹੋਈ ਸੀਗੀ ਪਰ ਜਿਵੇਂ ਜਿਵੇਂ ਸ਼ਹਿਰ ਵੱਡੇ ਹੋ ਰਹੇ ਆ ਹੌਲੀ ਹੌਲੀ RCMP ਦੇ ਸ਼ਿਕੰਜੇ ਦੇ ਵਿੱਚੋਂ ਨਿਕਲਦੇ ਜਾ ਰਹੇ ਆ ਜਿਹਦਾ ਇੱਕ ਵੱਡਾ ਕਾਰਨ ਆ RCMP ਦੇ ਵਿੱਚ ਲੋਕਾਂ ਦੀ ਬੇਵਿਸ਼ਵਾਸੀ ਆ ਗੱਲ ਗਵਾਂਡੀ ਸੂਬੇ ਲਿਬਰਟਾ ਦੀ ਕਰੀਏ ਤਾਂ ਉੱਥੋਂ ਦੇ ਜਿਹੜੇ ਦੋ ਵੱਡੇ ਸ਼ਹਿਰ ਆ ਐਡਮਿੰਟਨ ਤੇ ਕੈਲਗਰੀ ਉੱਤੇ ਪਹਿਲਾਂ ਹੀ ਲੋਕਲ ਪੁਲਿਸ ਆ ਤੇ ਪ੍ਰੋਵਿੰਸ਼ਲ ਪੱਧਰ ਦੇ ਉੱਤੇ ਵੱਡੇ ਪੱਧਰ ਤੇ ਗੱਲ ਚੱਲ ਰਹੀ ਆ ਕਿ ਅੰਟਾਰੀਓ ਵਾਂਗ ਇੱਥੇ ਵੀ ਪਰਵਿੰਸ਼ਲ ਪੁਲਿਸ ਜਿਹੜੀ ਆ ਹੋ ਲੈ ਕੇ ਜਾਂਦੀ ਜਾਵੇ ਜਿਵੇਂ ਅੰਟਾਰੀਓ ਸੂਬੇ ਦੇ ਵਿੱਚ ਸੂਬੇ ਦੀ ਆਪਣੀ ਪੁਲਿਸ ਹੈ ਜਿਹਨੂੰ OPP ਸੱਦਦੇ ਆ ਇਦਾਂ ਹੀ RCMP ਦੀ ਬਜਾਏ ਅਲਬਰਟਾ ਦੇ ਵਿੱਚ ਵੀ ਅਲਬਰਟਾ ਪੁਲਿਸ ਲਿਆਉਣ ਦੀ ਜਿਹੜੀ ਆ ਚਰਚਾ ਉਹ ਚੱਲ ਰਹੀ ਆ ਇਸ ਸੰਬੰਧੀ ਕਈ ਕੁਝ ਕੀਤਾ ਜਾ ਚੁੱਕਾ ਆ ਹੁਣ 70 ਕੁ ਹਜ਼ਾਰ ਦੀ ਆਬਾਦੀ ਵਾਲਾ ਇੱਕ ਹੋਰ ਸ਼ਹਿਰ ਅਲਬਰਟਾ ਦਾ ਗ੍ਰੈਂਡ ਪ੍ਰੇਰੀ ਉਹਨਾਂ ਦੀ ਕਾਉਂਸਲ ਨੇ ਵੀ ਕੱਲ 8 ਇੱਕ ਦੇ ਫਰਕ ਦੇ ਨਾਲ RCMP ਨੂੰ ਉੱਥੋਂ ਚਲੇ ਜਾਣ ਵਾਸਤੇ ਜਿਹੜਾ ਆ ਤੇ ਲੋਕਲ ਪੁਲਿਸ ਲਿਆਉਣ ਵਾਸਤੇ ਮਤਾ ਪਾਸ ਕਰ ਦਿੱਤਾ ਆ ਹਾਲਾਂਕਿ ਆਰਸੀਐਮਪੀ ਵੱਲੋਂ ਸਰੀ ਵਾਂਗ ਉੱਥੇ ਵੀ ਕਾਫੀ ਦਲੀਲਾਂ ਦਿੱਤੀਆਂ ਗਈਆਂ ਸੀਗੀਆਂ ਪਰ ਕੌਂਸਲ ਕਹਿੰਦੀ ਵੀ ਅਸੀਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਆਪਣੀ ਲੋਕਲ ਪੁਲਿਸ ਇੱਥੇ ਲਿਆ ਕੇ ਕੰਮ ਲਾਵਾਂਗੇ ਕਿਉਂਕਿ ਲੋਕਲ ਪੁਲਿਸ ਹੀ ਸਾਡੀਆਂ ਲੋੜਾਂ ਪੂਰੀਆਂ ਕਰ ਸਕਦੀ ਆ ਤੁਸੀਂ ਕਮਾਲ ਦੀ ਗੱਲ ਦੇਖੋ ਵੀ ਇੱਕ ਪਾਸੇ 5-6 ਲੱਖ ਦੀ ਆਬਾਦੀ ਵਾਲਾ ਸਰੀ ਸ਼ਹਿਰ ਆ ਜਿੱਥੇ ਕਿ ਲੋਕਲ ਪੁਲਿਸ ਲੈਉਣ ਦੇ ਰਾਹ ਦੇ ਵਿੱਚ ਢੜਡਿਕੇ ਡਾਇਏ ਜਾ ਰਹੇ ਆ ਤੇ ਦੂਜੇ ਪਾਸੇ 70000 ਦੀ ਆਬਾਦੀ ਵਾਲੇ ਸ਼ਹਿਰ ਵੀ ਜਿਹੜੇ ਕਹਿ ਰਹੇ ਆ ਕਿ ਸਾਨੂੰ ਲੋਕਲ ਪੁਲਿਸ ਚਾਹੀਦੀ ਆ ਸੋ ਅਡਰ ਸਟੱਡੀਜ਼ ਜਿਹੜੀਆਂ ਆ ਅਡਰ ਅਡ ਰਿਪੋਰਟਾਂ ਸਿੱਧ ਕਰ ਚੁੱਕੀਆਂ ਕਿ ਜਿਹੜੇ 1 ਲੱਖ ਤੋਂ ਉੱਪਰ ਆਬਾਦੀ ਵਾਲੇ ਸ਼ਹਿਰ ਆ ਉਹਨਾਂ ਨੂੰ RCMP ਹੈਂਡਲਿੰਗ ਕਰ ਸਕਦੀ ਇਸ ਕਰਕੇ ਜਿੰਨੇ ਵੀ ਵੱਡੇ ਸ਼ਹਿਰ ਨੇ ਕੈਨੇਡਾ ਦੇ ਚਾਹੇ ਉਹ ਵੈਨਕੂਵਰ ਆ ਚਾਹੇ ਐਡਮੰਟਨ ਕੈਲਗਰੀ ਆ ਚਾਹੇ ਟ੍ਰਾਂਟੋ ਆ ਮੌਂਟਰੀ ਆਲਿਆ ਉਥੇ ਆਪੋ ਆਪਣੀਆਂ ਲੋਕਲ ਜਾਂ ਰੀਜਨਲ ਪੁਲਿਸ ਜਿਹੜੀਆਂ ਆ ਉਹ ਕੰਮ ਕਰ ਰਹੀਆਂ ਆ ਪਰ ਸਰੀ ਜਿਹਦੀ ਬਾਤੀ ਵੈਨਕੂਵਰ ਦੇ ਬਰਾਬਰ ਹੋਣ ਜਾ ਰਹੀ ਹੈ ਲਗਭਗ ਵੱਧ ਜਾਣੀਆਂ ਬਲਕੇ ਉੱਥੇ ਹੱਲੇ ਵੀ RCMP ਮਾਡਲ ਧੱਕੇ ਨਾਲ ਫਿੱਟ ਕਰੰਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਗ੍ਰੈਂਡ ਪ੍ਰੇਰੀ ਵਾਲੇ ਸਟੈਂਡ ਲੈ ਗਏ ਆ ਜੀ ਉਹ ਕਹਿੰਦੇ ਵੀ ਸਾਨੂੰ ਆਪਣੀ ਲੋਕਲ ਪੁਲਿਸ ਚਾਹੀਦੀ ਹੈ ਤਾਂ ਅਸੀਂ ਇਹਦਾ ਖਰਚਾ ਚੱਕਣ ਦੇ ਬਿਲਕੁਲ ਸਮਰੱਥ ਹੈਗੇ ਆ ਜੀ ਸੋ ਇਹ ਹੁਣ ਇੱਕ ਨਵਾਂ ਅਧਿਆਏ ਅਲਬਰਟਾ ਦੇ ਵਿੱਚ ਖੁੱਲਣ ਜਾ ਰਿਹਾ ਜੀ ਇਸ ਨਾਲ ਹੀ ਇੱਕ ਖਬਰ ਜਿਹੜੀ ਅੱਜ ਬੜੇ ਵੱਡੇ ਪੱਧਰ ਦੇ ਉੱਤੇ ਪੰਜਾਬੀ ਜਗਤ ਵਿੱਚ ਛਾਈ ਹੋਈ ਆ ਉਹ ਇਹ ਕੇ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਤੇ ਇੱਕ ਜਿਹੜੀ ਆ ਹਿੰਸਕ ਵਾਰਦਾਤ ਹੋਈ ਆ ਜ ਜਿਹਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਅਣਪਛਾਤੇ ਨੌਜਵਾਨਾਂ ਵੱਲੋਂ ਨਿਹੰਗ ਸਿੰਘ ਦੇ ਇੱਕ ਬਾਣੇ ਵਿੱਚ ਵਿਚਰ ਰਹੇ ਨੌਜਵਾਨ ਦਾ ਬੇਰਹਿਮੀ ਤੇ ਨਾਲ ਤੇਜ਼ ਘਾਰ ਹਤਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਕਤਲ ਦੀ ਉਸ ਤੋਂ ਪਹਿਲਾਂ ਤੇ ਬਾਅਦ ਦੀ ਜਿਹੜੀਆਂ ਵੀਡੀਓਜ਼ ਆ ਉਹ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਪਰ ਬੜੀਆਂ ਗ੍ਰਾਫਿਕ ਆ ਬੜੀਆਂ ਡਿਸਟਰਬਿੰਗ ਆ ਅਸੀਂ ਤੁਹਾਨੂੰ ਇਹ ਦਿਖਾ ਨਹੀਂ ਸਕਦੇ ਪਰ ਇਹ ਨੌਜਵਾਨ ਜਿਹੜਾ ਆ ਸਰੀ ਤੋਂ ਕੈਨੇਡਾ ਤੋਂ ਅਗਿਆ ਹੋਇਆ ਸੀਗਾ ਸੋ ਬੜੀ ਇਹ ਮੰਦਭਾਗੀ ਖਬਰ ਜਿਹੜੀ ਆਈ ਆ ਕਿ ਵੈਸੇ origianally ਗਰਦਾਸਪੁਰ ਦੇ ਗਾਜ਼ੀਕੋੜ ਪਿੰਡ ਦਾ ਵਸਨੀਕ ਪ੍ਰਦੀਪ ਸਿੰਘ ਔਰ ਪ੍ਰਿੰਸ ਜਿਹੜਾ ਕਿ ਕੁਝ ਹਰਸਾ ਪਹਿਲਾਂ ਕੈਨੇਡਾ ਆਇਆ ਸੀਗਾ ਕੈਨੇਡਾ ਆ ਕੇ ਉਹ ਪੱਕਾ ਹੋਇਆ ਤੇ ਪਹਿਲੀ ਵਾਰੀ ਪੰਜਾਬ ਗਿਆ ਸੀਗਾ ਤੇ ਇੱਕ ਕੁਦਰਤੀ ਹੁੰਦੀ ਹੈ ਵੀ ਜਿਹੜੇ ਬੱਚੇ ਸਿੱਖੀ ਨਾਲ ਜੁੜੇ ਹੋਣ ਪੰਥ ਨਾਲ ਜੁੜੇ ਹੋਣ ਖਾਸ ਕਰਕੇ ਬਾਣੀ ਬਾਣੀ ਨਾਲ ਜੁੜੇ ਹੋਣ ਉਹਨਾਂ ਦੇ ਇੱਕ ਮਨ ਦੇ ਵਿੱਚ ਖਾਹਸ਼ ਹੁੰਦੀ ਹੈ ਵੀ ਜਾ ਕੇ ਹੋਲੇ ਮਹੱਲੇ ਦੀ ਜਿਹੜੀ ਆ ਚੜ੍ਹਦੀ ਕਲਾ ਜ਼ਰੂਰ ਦੇਖੀਏ ਕਿਉਂਕਿ ਹੋਲੇ ਮਹੱਲੇ ਦੇ ਉੱਤੇ ਜਿਹੜਾ ਮਹੱਲਾ ਕੱਢਿਆ ਜਾਂਦਾ ਅੱਡ-ਅੱਡ ਜਿਹੜੀਆਂ ਆ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਜਲੌਹ ਦਾ ਪ੍ਰਗਟਾਵਾ ਕਰਦੀਆਂ ਆ ਘੋੜ ਸਵਾਰੀ ਨੇਜ਼ੇ ਅ ਜਿਹੜੇ ਮੁਕਾਬਲੇ ਹੁੰਦੇ ਆ ਤਾਂ ਹੋਰ ਬਹੁਤ ਕੁਝ ਜਿਹਹਾ ਹੁੰਦਾ ਜਿਹੜਾ ਕਿ ਇੱਕ ਸਿੱਖੀ ਦੇ ਨਾਲ ਪੰਥ ਨਾਲ ਜੁੜੇ ਵਿਅਕਤੀ ਵਾਸਤੇ ਦੇਖਣਾ ਕਿਸੇ ਚੰਬੇ ਤੋਂ ਘੱਟ ਨਹੀਂ ਹੁੰਦਾ ਬਹੁਤ سارے ਲੋਕ ਜਿਹੜੇ ਸਿੱਖੀ ਨਾਲ ਪੰਥ ਨਾਲ ਨੇੜਿਓਂ ਜੁੜੇ ਹੋਏ ਆ ਫੋਲੋ ਕਰਦੇ ਆ ਉਹਨਾਂ ਦੇ ਮਨ ਵਿੱਚ ਇੱਕ ਚਾਹਤ ਹੁੰਦੀ ਆ ਵੀ ਕਿਤੇ ਨਾ ਕਿਤੇ ਜਾ ਕੇ ਹੋਲਾ ਮੱਲਾ ਜਿਹੜਾ ਅਨੰਦਪੁਰ ਸਾਹਿਬ ਦਾ ਉਹਦੇ ਦਰਸ਼ਨ ਕਰੀਏ ਸੋ ਇਹ ਨੌਜਵਾਨ 24 ਸਾਲਾਂ ਦਾ ਪ੍ਰਦੀਪ ਸਿੰਘ ਇਹ ਵੀ ਉੱਥੇ ਗਿਆ ਹੋਇਆ ਸੀਗਾ ਤੇ ਕਿਸੇ ਗੱਲੋਂ ਟਕਰਾਰ ਹੋਣ ਦੇ ਕਾਰਨ ਕੁਝ ਨੌਜਵਾਨ ਜਿਹੜੇ ਆ ਉਹਨਾਂ ਵੱਲੋਂ ਰਲਕੇ ਦੇਤੇ ਹਮਲਾ ਕੀਤਾ ਗਿਆ ਜਿਹਦੀਆਂ ਵੀਡੀਓਜ਼ ਵੀ ਬਾਹਰ ਆਈਆਂ ਤੇ ਉਹਨਾਂ ਵੱਲੋਂ ਬੇਰਹਿਮੀ ਦੇ ਨਾਲ ਇਸਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੋ ਇਹ ਨੌਜਵਾਨ ਜਿਹੜਾ ਕਿ ਕੈਨੇਡਾ ਵਿੱਚ ਸੀਗਾ ਆਪਣੇ ਮਾਪਿਆਂ ਦਾ ਇਕੱਲਾ ਬੇਟਾ ਸੀਗਾ ਇਹਦੀ ਸਿਸਟਰ ਆ ਕੈਨੇਡਾ ਵਿੱਚ ਰਹਿ ਰਹੀ ਆ ਤੇ ਪਿੱਛੇ ਪਰਿਵਾਰ ਜਿਹੜਾ ਹੱਲੇ ਆਪਣੇ ਪਿੰਡੇ ਹੀ ਰਹਿੰਦਾ ਆ ਪਹਿਲੀ ਵਾਰੀ ਪੰਜਾਬ ਆਪਣੇ ਟੱਬਰ ਨੂੰ ਆ ਮਿਲਣ ਗਿਆ ਸੀਗਾ ਜਿੰਨੀ ਕਿ ਜਾਣਕਾਰੀ ਹੁਣ ਤੱਕ ਬਾਹਰ ਆਈ ਆ ਹਮਲਾਵਰਾਂ ਨੂੰ ਇਹ ਪਹਿਲਾਂ ਤੋਂ ਜਾਣਦਾ ਨਹੀਂ ਸੀਗਾ ਸੋ ਨਾ ਹੀ ਕੋਈ ਨਿੱਜੀ ਰੰਜਿਸ਼ ਸੀਗੀ ਸੋ ਮੌਕੇ ਤੇ ਕੋਈ ਟਕਰਾਅ ਹੋਈ ਆ ਕਿਹਦੀ ਗਲਤੀ ਆ ਕਿਹਦੀ ਨਹੀਂ ਇਹਦੇ ਬਾਰੇ ਵੀ ਹੱਲੇ ਗੱਲਾਂ ਬਾਹਰ ਆਉਣੀਆਂ ਬਾਕੀ ਆ ਪਰ ਇਹ ਵੀ ਨਾਲ ਦੱਸਿਆ ਗਿਆ ਕਿ ਉਹਦਾ ਸਬੰਧ ਕਿਸੇ ਵੀ ਨਿਹੰਗ ਸਿੰਘ ਜਥੇਬੰਦੀ ਨਾਲ ਨਹੀਂ ਸੀ ਅਕਸਰ ਹੁੰਦਾ ਕਿ ਜਿਹੜੇ ਨਿਹੰਗ ਸਿੰਘ ਆ ਉਹ ਫਿਰ ਜਥੇਬੰਦੀ ਜੁਆਇਨ ਕਰ ਲੈਂਦੇ ਆ ਤਰਨਾ ਦਲ ਬੁੱਢਾ ਦਲ ਜਾਂ ਕੋਈ ਹੋਰ ਪਰ ਇਹ ਵੈਸੇ ਬਾਣੇ ਦੇ ਵਿੱਚ ਰਹਿੰਦਾ ਸੀਗਾ ਨੌਜਵਾਨ ਸਰੀ ਦੇ ਵਿੱਚ ਹੁੰਦਿਆਂ ਵੀ ਕੈਨੇਡਾ ਦੇ ਵਿੱਚ ਹੁੰਦਿਆਂ ਵੀ ਅਕਸਰ ਇਹ ਜਿਹੜੇ ਪੰਥਕ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਦਾ ਸੀਗਾ ਚਾਹੇ ਕਿਸਾਨ ਮੋਰਚੇ ਦੀ ਸੀ ਗੱਲ ਜਾਂ ਸਕੋਰ 72 ਦੇ ਉੱਤੇ ਕੋਈ ਨਾ ਕੋਈ ਪ੍ਰੋਟੈਸਟ ਹੁੰਦਾ ਸੀਗਾ ਉਹਦੇ ਵਿੱਚ ਮੋਰੀ ਰੋਲ ਨਿਭਾਉਂਦਾ ਸੀਗਾ ਅਕਸਰ ਬਾਣੇ ਦੇ ਵਿੱਚ ਤੇ ਦਿਮਾਲੇ ਦੇ ਵਿੱਚ ਹੀ ਦੇਖਿਆ ਜਾ ਸਕਦਾ ਸੀਗਾ ਸੋ ਪਿਛਲੇ ਕੁਝ ਮਹੀਨਿਆਂ ਤੋਂ ਉਹ ਪੰਜਾਬ ਗਿਆ ਹੋਇਆ ਸੀਗਾ ਤੇ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਤੇ ਵਿਚਰਦੇ ਆ ਇਹ ਜਿਹੜੀ ਦਰਘਟਨਾ ਆ ਇਹ ਵਾਰਦਾਤ ਆ ਵਾਪਰ ਗਈ ਆ ਹੁਣ ਇਹ ਤੋਂ ਕਈ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਇੱਕ ਤਾਂ ਬੀਤੇ ਦੇ ਵਿੱਚ ਨਿਹੰਗਾਂ ਦੇ ਪ੍ਰਤੀ ਜਿਹੜੀ ਕੜਤਨ ਇੱਕ ਸਮਾਜ ਦੇ ਵਿੱਚ ਸਿਰਜੀ ਗਈ ਆ ਇੱਕ ਬਿੰਬ ਜਿਹੜਾ ਇੱਕ ਨੈਰੇਟਿਵ ਸਿਰਜਿਆ ਗਿਆ ਆ ਉਹਦਾ ਅਸਰ ਇਹ ਕਹਿ ਸਕਦੇ ਆਂ ਵੀ ਉੱਥੇ ਲੱਖਾਂ ਦੀ ਭੀੜ ਸੀਗੀ ਆਲੇ-ਦੁਆਲੇ ਖੜੇ ਤਮਾਸ਼ਾ ਦੇਖੀ ਗਏ ਆ ਨੌਜਵਾਨ ਉਹਦੀ ਵਰਡ ਟੁੱਕ ਕਰ ਰਹੇ ਆ ਪਰ ਕਿਸੇ ਨੇ ਵੀ ਉਹਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਗੱਲ ਆ ਤੇ ਜੇਕਰ ਉਹ ਆਪਣੇ ਵਿਚਾਰ ਦੇ ਵਿੱਚ ਸ਼ਾਇਦ ਕੋਈ ਹਥਿਆਰ ਵਰਤਦਾ ਤੇ ਗੱਲ ਜਿਹੜੀ ਪੁੱਠੀ ਪੈ ਸਕਦੀ ਸੀ ਕਿਉਂਕਿ ਅਪਾ ਬੀਤੇ 'ਚ ਦੇਖਿਆ ਆ ਜਦੋਂ ਨਿਹੰਗਾਂ ਨੇ ਕੁਝ ਕੀਤਾ ਤਾਂ ਉਹਨਾਂ ਨੂੰ ਬਹੁਤ ਹੀ ਰੱਜ ਕੇ ਜਿਹੜਾ ਆ ਭੰਡਿਆ ਗਿਆ ਉਹਨਾਂ ਦੀ ਬਾਣੀ ਦੇ ਉੱਤੇ ਬਾਣੀ ਦੇ ਉੱਤੇ ਵੀ ਜਿਹੜੀਆਂ ਟਿੱਪਣੀਆਂ ਆ ਹੁੰਦੀਆਂ ਰਹੀਆਂ ਹੁਣ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਇਹ ਜਿਹੜੀ ਹੁੱਲੜਬਾਜ਼ੀ ਹੋਈ ਆ ਇਹ ਵਾਰਦਾਤ ਹੋਈ ਆ ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੇ ਜਸ਼ਨਾਂ ਮੌਕੇ ਜਿਹੜੀ ਆ ਉਹ ਹੋਈ ਆ ਆਨੰਦਪੁਰ ਸਾਹਿਬ ਖੋਲੇ ਮੱਲੇ ਮੌਕੇ ਹੋਈ ਆ ਇਸ ਤੋਂ ਵੱਡੀ ਦੁੱਖ ਦੀ ਗੱਲ ਨਹੀਂ ਹੋ ਸਕਦੀ ਕੋਈ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਖਾਲਸੇ ਦੀ ਧਰਤੀ ਦੇ ਉੱਤੇ ਤਿੰਨ ਚਾਰ ਲੱਖ ਸਿੱਖ ਜਿਹੜੇ ਆ ਉਹ ਮੌਜੂਦ ਹੋਣ ਹੋਲਾ ਮਲਾ ਦੇਖਣ ਗਏ ਹੋਣ ਤੇ ਕੁਝ ਨੌਜਵਾਨ ਜਿਹੜੇ ਆ ਇਕੱਠੇ ਹੋ ਕੇ ਇੱਕ ਨੌਜਵਾਨ ਦੀ ਵੱਢ ਟੁੱਕ ਕਰ ਰਹੇ ਹੋਣ ਤੇ ਕੋਈ ਉਹਨੂੰ ਛੜਾਵੇ ਨਾ ਇਹ ਸ਼ਾਇਦ ਸਭ ਤੋਂ ਵੱਧ ਤਮਾਸ਼ਾ ਦੇਖਣ ਵਾਲੀ ਗੱਲ ਸੀਗੀ ਕਿਸੇ ਵੱਲੋਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੋ ਇਸ ਤੋਂ ਸ਼ਾਇਦ ਮੰਦ ਭਾਗਾ ਹੋਰ ਕੁਝ ਵੀ ਨਹੀਂ ਹੋ ਸਕਦਾ ਪੁਲਿਸ ਜਿਹੜੀ ਆ ਉਹਨਾਂ ਦੀ ਜਾਣਕਾਰੀ ਦੇ ਮੁਤਾਬਕ ਹਜੇ ਤੱਕ ਹਮਲਾਵਰਾਂ ਦੀ ਪਛਾਣ ਜਿਹੜੀ ਆ ਨਹੀਂ ਕੀਤੀ ਗਈ ਪਰ ਜਿਹੜਾ ਜੀਪ ਜਿਹਦੇ ਤੇ ਉਹ ਸਵਾਰ ਸੀਗੇ ਉਹਦੇ ਨੰਬਰ ਤੋਂ ਸ਼ਾਇਦ ਇੱਕ ਵਿਅਕਤੀ ਨੂੰ ਪਛਾਣਿਆ ਗਿਆ ਆ ਉਤੋਂ ਫਿਰ ਹੁਣ ਹੋਰ ਗ੍ਰਿਫਤਾਰੀਆਂ ਗਾਹਾਂ ਹੋਣ ਦੀ ਜਿਹੜੀ ਆਸ ਪ੍ਰਗਟਾਈ ਗਈ ਆ ਤੇ ਨਾਲ ਦੀ ਨਾਲ ਜਿਹੜਾ ਫਿਰ ਉਸ ਤੋਂ ਬਾਅਦ ਵਿੱਚ ਹੋਰ ਜਾਣਕਾਰੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਸਕਦੀ ਹੈ ਜੀ ਇਸ ਦੇ ਨਾਲ ਹੀ ਇੱਕ ਹੋਰ ਜਿਹੜੀ ਸਰੀ ਤੋਂ ਮੰਦਪਾਗੀ ਖਬਰ ਇਹ ਆ ਰਹੀ ਆ ਕਿ ਸਰੀ ਦੇ ਇੱਕ ਰੋਲ ਮਾਡਲ ਉਗੇ ਐਥਲੀਟ ਜਿਹੜੇ ਆ ਸਰਦਾਰ ਦਰਬਾਰਾ ਸਿੰਘ ਘੁੰਮਣ ਜਿਨ੍ਹਾਂ ਦਾ ਕਿ ਪਿਛਲਾ ਪਿੰਡ ਫਗਵਾੜੇ ਦੇ ਕੋਲ ਮਾਨਕਾਂ ਘੁੰਮਣਾ ਸੀਗਾ ਅਸਰੀ ਨਹੀਂ ਕੈਨੇਡਾ ਦੇ ਵਿੱਚ ਇੱਕ ਨਾਮਵਰ ਐਥਲੀਟ ਵਜੋਂ ਜਾਣੇ ਜਾਂਦੇ ਸੀਗੇ ਉਹ ਬਹੁਤ ਵਧੀਆ ਮੈਰਾਥਨ ਦੌੜਾਕ ਸੀਗੇ ਖੁਦ ਤੇ ਸਵੀਮਿੰਗ ਕਰਦੇ ਸੀਗੇ ਵੱਡੇ ਪੱਧਰ ਦੇ ਉੱਤੇ ਬਾਈਕ ਜਿਹੜਾ ਚਲਾਉਂਦੇ ਸੀਗੇ ਉਹਨਾਂ ਦੀ ਪੰਜਾਬ ਜਾਂਦਿਆਂ ਖਾਸ ਆਪਣੇ ਜਹਾਜ਼ ਦੇ ਵਿੱਚ ਹੀ ਦਿਲ ਫੇਲ ਹੋਣ ਦੇ ਕਾਰਨ ਜਿਹੜੀ ਆ ਮੌਤ ਹੋ ਗਈ ਆ 53 ਸਾਲ ਦੇ ਕਰੀਬ ਸਦਾ ਦਰਬਾਰ ਸਿੰਘ ਮੰਨ ਜਿੱਥੇ ਕਿ ਇੱਕ ਬਹੁਤ ਵਧੀਆ ਐਥਲੀਟ ਆਪ ਸੀਗੇ ਉੱਥੇ ਨਾਲ ਹੀ ਨਾਲ ਬੱਚਿਆਂ ਨੂੰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰਦੇ ਸੀਗੇ ਜੇ ਕੋਈ ਮੈਰਾਥਨ ਦੌੜ ਹੋਣੀ ਜਾਂ ਕੋਈ ਮੁਕਾਬਲੇ ਹੋਣ ਇਵਨ ਸੌਕਰ ਦੇ ਵਿੱਚ ਬਾਸਕਟਬਾਲ ਦੇ ਵਿੱਚ ਵੀ ਉਹ ਕਾਫੀ ਜਿਹੜਾ ਆ ਜੀ ਇਹੋ ਜਾ ਕੇ ਬੱਚਿਆਂ ਦੇ ਵਿੱਚ ਜੋਸ਼ ਭਰਦੇ ਸੀਗੇ ਸੋ ਇੱਕ ਮਿਕਨਾਤੀ ਸੀ ਸ਼ਖਸੀਅਤ ਖੇਡ ਜਗਤ ਦੀ ਉਹਨਾਂ ਦਾ ਅਚਾਨਕ ਦਿਹਾਂਤ ਹੋ ਗਿਆ ਅਸਲ ਤੇ ਵਿੱਚ ਕੁਝ ਚਿਰ ਪਹਿਲਾਂ ਉਹਨਾਂ ਦੇ ਪਿਤਾ ਜੀ ਕਾਲ ਚਲਾਣਾ ਕਰ ਗਏ ਤੇ ਉਹਨਾਂ ਦੇ ਵਾਸਤੇ ਲੈ ਕੇ ਹੀ ਪੰਜਾਬ ਜਿਹੜੇ ਆ ਜਾ ਰਹੇ ਸੀਗੇ ਆਪਣੀ ਮਾਤਾ ਜੀ ਦੇ ਨਾਲ ਤੇ ਨਜ਼ਦੀਕੀ ਸੂਤਰਾਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਕਿ 45 ਮਿੰਟ ਦੇ ਕਰੀਬ ਸਮਾਂ ਰਹਿੰਦਾ ਸੀਗਾ ਫਲਾਈਟ ਜਿਹੜੀ ਦਿੱਲੀ ਲੱਗਣ ਤੋਂ ਕਿ ਅਚਾਨਕ ਉਹਨਾਂ ਦਾ ਦਿਲ ਫੇਲ ਹੋਇਆ ਤੇ ਕੁਝ ਹੀ ਸਕਿੰਟਾਂ ਦੇ ਵਿੱਚ ਹੱਥਾਂ ਦੇ ਵਿੱਚ ਹੀ ਉਹ ਜਾਨ ਤੇ ਆ ਗਏ ਆ ਸੋ ਉਹਨਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਉੱਥੇ ਅਮਲੇ ਵੱਲੋਂ ਕੀਤੀ ਗਈ ਜੋ ਵੀ ਉਹਨਾਂ ਕੋਲ ਸਾਧਨ ਸੀਗੇ ਪਰਾ ਬਹੁਤਾ ਸਮਾਨ ਜਿਹੜਾ ਹੋਣੀ ਨੇ ਦਿੱਤਾ ਨਹੀਂ ਤੇ ਕੁਝ ਹੀ ਪਲਾਂ ਦੇ ਵਿੱਚ ਉਹ ਆਪਣੀ ਜਾਨ ਜਿਹੜੀ ਆ त्याग ਆਇਆ ਸੋ ਬੜੇ ਫੈਟਰ ਸੀਗੇ ਖਾਣ ਪੀਣ ਦਾ ਬੜਾ ਖਿਆਲ ਰੱਖਦੇ ਸੀਗੇ ਕਾਸਰ ਦੀ ਗੱਲ ਕਰੀਏ ਤਾਂ ਸ਼ਾਇਦ ਉਹਨਾਂ ਵਰਗੇ ਕੋਈ ਕਰ ਨਹੀਂ ਸਕਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਆ ਕਿਵੇਂ ਵੱਡੇ ਵੱਡੇ ਮੁਕਾਬਲਿਆਂ ਦੇ ਵਿੱਚ ਕੈਨੇਡਾ ਪੱਧਰ ਤੱਕ ਉਹ ਸਿਰਫ ਹਿੱਸਾ ਨਹੀਂ ਲੈਂਦੇ ਰਹੇ ਬਲਕਿ ਰਿਕਾਰਡ ਸੈੱਜ ਦੇ ਰਹੇ ਆ ਜਿੱਤਦੇ ਰਹੇ ਆ ਸੋ ਇਹੋ ਜਿਹੇ ਬਹੁਤ ਹੀ ਸਰੀਰਕ ਤੌਰ ਦੇਤੇ ਫਿਟ ਇਨਸਾਨ ਦੀ ਜਿਹੜੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਣੀ ਆ ਕੋਈ ਕ ਆਪਣੇ ਆਪ ਦੇ ਵਿੱਚ ਕਿਸੇ ਚੰਬੇ ਤੋਂ ਕੱਟ ਨਹੀਂ ਸਿਰਫ ਭੁੱਲਰ ਪਰਿਵਾਰ ਹੀ ਨਹੀਂ ਸੌਰੀ ਘੁੰਮਣ ਪਰਿਵਾਰ ਹੀ ਨਹੀਂ ਬਲਕਿ ਸਮੁੱਚਾ ਉਸੜਾ ਸਥਾਨਕ ਭਾਈਚਾਰਾ ਆ ਉਹ ਅੱਜ ਇਸ ਸੋਕ ਦੇ ਵਿੱਚ ਗ੍ਰਸਤ ਹੈਗਾ ਹੈ ਤੇ ਸਵਾਲ ਉਹੀ ਮਨ ਚ ਵਾਰ-ਵਾਰ ਜਿਹੜਾ ਆਉਂਦਾ ਵੀ ਇੰਨੇ ਫਿੱਟ ਬੰਦੇ ਦੀ ਮੌਤ ਕਿਵੇਂ ਹੋ ਸਕਦੀ ਆ ਤੇ ਫਿਰ ਜਦੋਂ ਗੱਲ ਇਹ ਵੀ ਚੱਲਦੀ ਆ ਤੇ ਨਾਲ ਹੀ ਕਰੋਨਾ ਵੈਕਸੀਨ ਦੇ ਉੱਤੇ ਵੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਜਾਂਦੇ ਆ ਵੀ ਕਿਤੇ ਇਹ ਗੱਲਾਂ ਜਿਹੜੀਆਂ ਹੋ ਰਿਆ ਵਰਤਾਰਾ ਆ ਵੀ ਕਿਤੇ ਇਹਦਾ ਉਹਦੇ ਨਾਲ ਸਬੰਧਤ ਨਹੀਂ ਹੈਗਾ ਸੋ ਇੱਕ ਜਿਹੜੀ ਪਹਿਲਾਂ ਹੀ ਚਰਚਾ ਚੱਲ ਰਹੀ ਦਿੰਦੀ ਆ ਉਹ ਤੇ ਨਾਲ ਫਿਰ ਇਹ ਗਰਮੀ ਫੜ ਜਾਂਦੀ ਆ ਸੋ ਸਰਦਾਰ ਦਰਬਾਰ ਸਿੰਘ ਕੋਮਣ ਜਿਹੜਾ ਦਾ ਕਿ ਸਰੀ ਵੈਨਕੂਵਰ ਦੇ ਵਿੱਚ ਖੇਡ ਜਗ ਦੇ ਵਿੱਚ ਕਾਫੀ ਯੋਗਦਾਨ ਸੀਗਾ ਉਹ ਇਸ ਕੰਮ ਕਾਜ ਵਾਸਤੇ ਹਮੇਸ਼ਾ ਯਾਦ ਰਹਿਣਗੇ ਪਰ ਹੁਣ ਸਾਡੇ ਵਿੱਚ ਉਹ ਸਦੀਵੀ ਤੌਰ ਦੇ ਉੱਤੇ ਨਹੀਂ ਰਹਿ ਜ ਗੱਲ ਕਰੀਏ ਤਾਮਿਲਨਾਡੂ ਦੀ ਤੇ ਤਾਮਿਲਨਾਡੂ ਦੇ ਬਾਰੇ ਪਿਛਲੇ 4-5 ਦਿਨਾਂ ਤੋਂ ਬੜੀਆਂ ਖਬਰਾਂ ਗੰਭੀਰ ਆ ਰਹੀਆਂ ਕਿ ਉੱਥੇ ਬਿਹਾਰੀ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਉਹਨਾਂ ਨੂੰ ਵੱਢਿਆ ਟੁੱਕਿਆ ਜਾ ਰਿਹਾ ਤੇ ਬਿਹਾਰੀ ਮਜ਼ਦੂਰ ਵੱਡੀ ਪੱਧਰ ਤੇ ਉੱਥੋਂ ਜਿਹੜੇ ਆ ਗੱਡੀਆਂ 'ਚ ਬਹਿ ਕੇ ਵਾਪਸ ਬਿਹਾਰ ਆ ਰਹੇ ਆ ਇਸ ਸਬੰਧੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਕੀ ਨਾਲ ਦੀ ਨਾਲ ਭਾਰਤ ਦੇ ਰਵਾਇਤੀ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਖਬਰਾਂ ਛਪੀਆਂ ਤੇ ਚੱਲੀਆਂ ਟਾਕ ਸ਼ੋਅ ਵਗੈਰਾ ਹੋਏ ਆ ਕਿ ਉੱਥੇ ਤਾਂ ਬਹੁਤ ਬੁਰਾ ਹਾਲ ਆ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉੱਤੇ ਵੀਡੀਓਜ਼ ਜਿਹੜੀਆਂ ਬੜੀਆਂ ਆਈਆਂ ਅਬਈ ਕਿਤੇ ਜੋੜੇ ਵੱਡੇ ਪਏ ਆ ਕਿਤੇ 10-10 ਜਿਹੜੇ ਆ ਮਜ਼ਦੂਰ ਵੱਡੇ ਪਏ ਆ ਖੂਨ ਦੇ ਨਾਲ ਲੱਤਪੱਤ ਪਏ ਆ ਤੇ ਉਹਨਾਂ ਇਹ ਬਾਰੇ ਹੀ ਕਿਹਾ ਜਾ ਰਿਹਾ ਕਿ ਤਾਮਿਲਨਾਡੂ ਦੇ ਲੋਕ ਹਿੰਦੀ ਭਾਸ਼ਾ ਬੋਲਣ ਵਾਲੇ ਬਿਹਾਰੀ ਮਜ਼ਦੂਰਾਂ ਨੂੰ ਵੱਢ ਰਹੇ ਆ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਪੁਰਾਣੀਆਂ ਵੀਡੀਓ ਨੂੰ ਰੜਾ ਕੇ ਜਿਹੜਾ ਚਲਾਇਆ ਜਾ ਰਿਹਾ ਹੈ ਸਗਾ ਉਸ ਤੋਂ ਬਾਅਦ ਦੋਹਾਂ ਸੂਬੇ ਦੀਆਂ ਸਰਕਾਰਾਂ ਜਿਹੜੀਆਂ ਆ ਉਹ ਸਰਗਰਮੀ ਦੇ ਵਿੱਚ ਆਈਆਂ ਬਿਹਾਰ ਤੋਂ ਅਧਿਕਾਰੀਆਂ ਦਾ ਵਫਦ ਜਿਹੜਾ ਤਾਮਿਲਨਾਡੂ ਪਹੁੰਚਿਆ ਉਹਨੇ ਆਪਣੇ ਪੱਧਰ ਤੇ ਉੱਤੇ ਪਉਣਛਾਣ ਕੀਤੀ ਤਾਂ ਪਤਾ ਲੱਗਾ ਵੀ ਇਹ ਮਹਿਜ਼ ਫੇਕ ਨਿਊਜ਼ ਤੋਂ ਬਿਨਾ ਕੁਝ ਵੀ ਨਹੀਂ ਸੀ ਐਡਾ ਵੱਡਾ ਮਸਲਾ ਭਾਰਤ ਵਿੱਚ ਖੜਾ ਕਰ ਦਿੱਤਾ ਗਿਆ ਉੱਥੇ ਤਾਂ ਸੈਂਕੜੇ ਨਹੀਂ ਹਜ਼ਾਰਾਂ ਲੋਕ ਵੱਢ ਦਿੱਤੇ ਆ ਪਰ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਸਿਰਫ ਸਿਰਫ ਕੋਰੀ ਗੱਪ ਝੂਠਾ ਤੇ ਫੇਕ ਨਿਊਜ਼ ਜਿਹੜੀ ਆ ਉਹ ਨਿਕਲੀ ਆ ਤੋਂ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੱਡਾ ਵੱਡਾ ਨੈਟਵਰਕ ਜਿਹੜਾ ਫੇਕ ਨਿਊਜ਼ ਦਾ ਚੱਲ ਰਿਹਾ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਨੈਰੇਟਿਵ ਕੋਈ ਵੀ ਝੂਠੀ ਖਬਰ ਜਿਹੜੀ ਆ ਉਹ ਕਮਾਈ ਜਾ ਰਹੀ ਆ ਹਿੰਦੂਤਵੀ ਸੰਗੀ ਵੈਬਸਾਈਟ ਆਪਨ ਇੰਡੀਆ ਨੇ ਇਸ ਵਰਤਾਂਤ ਨੂੰ ਫਲਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਤੇ ਇਸ ਤਾਮਿਲਨਾਡੂ ਸਰਕਾਰ ਦੀ ਸ਼ਿਕਾਇਤ ਦੇ ਉੱਤੇ ਅੱਜ ਇਹਨਾਂ ਦੇ ਸੰਪਾਦਕ ਨੋਪਰ ਸ਼ਰਮਾ ਤੇ ਜਿਹੜੇ ਸੀਈਓ ਨੇ ਜੀ ਰਾਹੁਲ ਰੋਸ਼ਨ ਉਹਨਾਂ ਦੇ ਉੱਤੇ ਬਕਾਇਦਾ ਮੁਕੱਦਮਾ ਦਰਜ ਕਰ ਲਿਆ ਗਿਆ ਆ ਕਿ ਇਹਨਾਂ ਨੇ ਫੇਕ ਨਿਊਜ਼ ਫਲਾ ਕੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ ਹੋਰਾਂ ਸੂਬਿਆਂ ਦੇ ਵਿੱਚ ਵੀ ਜੇ ਅਕਸਰ ਹੁੰਦਾ ਹੁਣ ਇਹ ਹੋਇਆ ਕਿਉਂ ਆ ਇਸ ਸੰਬੰਧੀ ਜਿਹੜੇ ਕਾਰਨ ਸਾਹਮਣੇ ਆ ਰਹੇ ਆ ਉਹ ਇਹੀ ਹੈ ਕਿ 2024 ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਆ ਤਾਮਿਲਨਾਡੂ ਦੇ ਵਿੱਚ ਹਿੰਦੂਤਵੀ ਰਾਜਨੀਤੀ ਕਰਨ ਦੇ ਵਾਸਤੇ ਭਾਜਪਾ ਵੱਲੋਂ ਆਰਐਸਐਸ ਵੱਲੋਂ ਬੜਾ ਜ਼ੋਰ ਲਾਇਆ ਗਿਆ ਪਰ ਸਫਲ ਨਹੀਂ ਹੋ ਸਕੇ ਦੂਜਾ ਗੱਲ ਹੈ ਕਿ ਤਾਮਿਲਨਾਡੂ ਵਾਲੇ ਆਪਣੀ ਬੋਲੀ ਤਾਮਿਲ ਪ੍ਰਤੀ ਬੜੇ ਸੰਵੇਦਨਸ਼ੀਲ ਆ ਬੜੇ ਠੋਕ ਕੇ ਖੜਦੇ ਆ ਹੁਣ ਉਧਰ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨੇ ਤੇ ਲਾਲੂ ਪ੍ਰਸਾਦ ਯਾਦਵ ਨੇ ਹੱਥ ਮਲਾ ਲਿਆ ਆ ਤੇ ਉਹ ਸਿਰਫ ਉੱਥੇ ਇਕੱਠੇ ਨਹੀਂ ਹੋਏ ਬਲਕਿ ਬਾਹਰ ਵੀ ਸਾਂਝਾ ਗੱਠ ਜੋੜ ਜਿਹੜਾ ਡੀਐਮਕੇ ਦੇ ਨਾਲ ਮਿਲ ਕੇ ਤੇਜਸਵੀ ਯਾਦਵ ਨਾਲ ਮਿਲ ਕੇ ਤੇ ਹੋਰ ਜਿਹੜੀਆਂ ਹਮ ਖਿਆਲ ਪਾਰਟੀਆਂ ਪੂਰੇ ਭਾਰਤ ਵਿੱਚ ਹੈਗੀਆਂ ਉਹਨਾਂ ਨਾਲ ਰਲ ਕੇ ਮੋਦੀ ਦੇ ਵਾਸਤੇ ਇੱਕ ਸਾਂਝਾ ਗੱਠ ਜੋੜ ਖੜਾ ਕਰਨ ਦੀ ਤਿਆਰੀ ਕਰ ਰਹੀਆਂ ਆ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮੁੱਦਾ ਆ ਭਾਜਪਾ ਦੇ ਵਾਸਤੇ। ਹਾਲਾਂਕਿ ਕਿਹਾ ਹੀ ਜਾ ਰਿਹਾ ਕਿ ਭਾਜਪਾ ਦੇ ਅੱਗੇ ਕੁਝ ਵੀ ਮੁਰੇ ਹੈ ਨਹੀਂਗਾ। ਇਹਨਾਂ ਦੀ ਜਿੱਤ ਜਿਹੜੀ ਆ 2024 ਦੇ ਵਿੱਚ ਯਕੀਨੀ ਆ ਪਰ ਫਿਰ ਵੀ ਇੱਕ ਡਰ ਦੀ ਭਾਵਨਾ ਜਿਹੜੀ ਪ੍ਰਗਟਾਈ ਜਾ ਰਹੀ ਆ ਕਿ ਜਿਵੇਂ ਵਿਦੇਸ਼ਾਂ ਦੇ ਵਿੱਚੋਂ ਇਸ ਵੇਲੇ ਸਰਗਰਮੀ ਹੋ ਰਹੀ ਆ ਤੇ ਜਿਸ ਤਰੀਕੇ ਦੇ ਨਾਲ ਰਿਪੋਰਟਸ ਬਾਹਰ ਆ ਰਹੀਆਂ BBC ਦੀਆਂ ਜੇ ਕੋਈ ਸਾਂਝਾ ਗੱਠਜੋੜ ਬਣ ਜਾਂਦਾ ਕੋਈ ਤਕੜਾ ਗੱਠਜੋੜ ਬਣ ਜਾਂਦਾ ਤਾਂ ਭਾਜਪਾ ਨੂੰ ਹਰਾਇਆ ਵੀ ਜਾ ਸਕਦਾ ਆ ਸੋ ਤਾਮਿਲਨਾਡੂ ਦੇ ਵਿੱਚ ਬਿਹਾਰ ਦੇ ਵਿੱਚ ਪੈਰ ਨਹੀਂ ਲੱਗ ਰਹੇ ਸੋ ਇਸ ਕਰਕੇ ਜਿਹੜੇ ਰਾਸ਼ੀ ਮਾਰਿਆ ਸੋਚ ਰਹੇ ਆ ਕਿ ਅਜਈਆਂ ਖਬਰਾਂ ਫਲਾ ਕੇ ਦਰਦੀ ਰਾਜਨੀਤੀ ਕਰਨ ਦੇ ਪਿੱਛੇ ਇਹਨਾਂ ਲੋਕਾਂ ਦਾ ਇਸ ਸੋਚ ਦਾ ਹੱਥ ਹੋ ਸਕਦਾ ਆ ਬਿਹਾਰ ਦੇ ਵਿੱਚ ਇੱਕ ਹੋਰ ਹੋ ਰਿਹਾ ਕਿ ਉਹਨਾਂ ਨੇ ਜਾਤ ਆਧਾਰਤ ਮਰਦਮਸ਼ਮਾਰੀ ਕਰਾਉਣ ਦਾ ਕੰਮ ਆਰੰਭਿਆ ਹੋਇਆ ਜਿਹੜਾ ਕਿ ਹਿੰਦੂਤਵੀ ਏਜੰਡੇ ਨੂੰ ਫੇਲ ਕਰਦਾ ਆ ਸੋ ਇਹ ਵੀ ਇੱਕ ਕਾਰਨ ਜਿਹੜਾ ਹੋ ਸਕਦਾ ਇਹ ਤਾਂ ਰਹੀ ਤਾਮਿਲਨਾਡੂ ਤੇ ਬਿਹਾਰ ਦੀ ਗੱਲ ਹੁਣ ਤੁਸੀਂ ਇਹ ਸੋਚ ਕੇ ਦੇਖੋ ਵੀ ਕੀ ਇਹ ਪੰਜਾਬ ਦੇ ਵਿੱਚ ਹੋ ਸਕਦਾ ਜਾਂ ਪੰਜਾਬ ਦੇ ਵਿੱਚ ਹੋਵੇ ਤਾਂ ਤਾਂ ਨੁਕਸਾਨ ਕੀ ਹੋਊਗਾ ਹੁਣ ਤਾਮਿਲਨਾਡੂ ਦੇ ਵਿੱਚ ਵੀ ਤੇ ਬਿਹਾਰ ਦੇ ਵਿੱਚ ਹਿੰਦੂ ਭਾਈਚਾਰੇ ਦੇ ਬਹੁਤ ਗਿਣਤੀ ਲੋਕ ਸਗੇ ਸੋ ਇਹ ਜੇ ਫਵਾਹਾਂ ਫੈਲੀਆਂ ਵੀ ਤਾਂ ਕੋਈ ਹੋਰ ਬਾਹਰੀ ਪ੍ਰਤੀਕਰਮ ਜਿਹੜਾ ਇੰਨਾ ਨਹੀਂ ਹੋਇਆ ਹੁਣ ਤੁਸੀਂ ਅਦਾਜ਼ਾ ਲਾ ਕੇ ਦੇਖੋ ਵੀ ਜੇ ਪੰਜਾਬ ਦੇ ਬਾਰੇ ਖਬਰਾਂ ਜਾਣ ਕਿ ਪੰਜਾਬ ਦੇ ਵਿੱਚ ਜੀ ਪੰਜਾਬੀਆਂ ਨੇ ਬਿਹਾਰੀ ਵੱਢਣੇ ਸ਼ੁਰੂ ਕਰ ਦਿੱਤੇ ਜਾਂ ਸਿੱਖਾਂ ਨੇ ਬਿਹਾਰੀ ਜਿਹੜੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਬਾਹਰ ਰਿਐਕਸ਼ਨ ਕੀ ਹੋਊਗਾ ਐਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਸਿੱਖਾਂ ਦੇ ਖਿਲਾਫ ਪੂਰੀ ਜ਼ਹਿਰ ਕੋਲੀ ਜਾਂਦੀ ਆ ਨਾਫਰਤ ਜਿਹੜੀ ਆ ਉਹ ਦਿਖਾਈ ਜਾਂਦੀ ਆ ਵਾਰ-ਵਾਰ ਇਹ ਕਿਹਾ ਜਾਂਦਾ ਕਿ ਇਹਨਾਂ ਨੂੰ 84 ਇੱਕ ਵਾਰੀ ਦੁਬਾਰਾ ਯਾਦ ਕਰਾਉਣੀ ਪੈਣੀ ਆ ਇਹਨਾਂ ਨੂੰ ਕੇ ਪੀਐਸ ਗੱਲ ਚਾਹੀਦਾ ਆ ਇਹਨਾਂ ਨੂੰ ਇੰਦਰਾ ਗਾਂਧੀ ਚਾਹੀਦੀ ਆ ਇਹਨਾਂ ਨੂੰ ਇੱਕ ਵਾਰੀ ਸਾਬਕ ਸਿਖਾਉਣ ਦੀ ਲੋੜ ਆ ਤਾਂ ਜੇਕਰ ਪੰਜਾਬ ਬਾਰੇ ਕੋਈ ਐਹੋ ਜਿਹੀ ਅਫਵਾਹ ਤਿੰਨ ਚਾਰ ਦਿਨ ਵੀ ਚੱਲ ਗਈ ਇਹੜੇ ਪੰਜਾਬ ਤੋਂ ਬਾਹਰ ਸੂਬਿਆਂ ਦੇ ਵਿੱਚ ਸਿੱਖ ਵਸਦੇ ਆ ਉਹਨਾਂ ਦਾ ਕੀ ਹਾਲ ਹੋ ਸਕਦਾ ਇਹਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਆ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਬੜਾ ਸੁਚੇਤ ਹੋਣ ਦੀ ਲੋੜ ਆ ਜਿਹੜੀ ਫੇਕ ਨਿਊਜ਼ ਆ ਇਹਨੂੰ ਪਹਿਲਾਂ ਵੈਰੀਫਾਈ ਕਰਕੇ ਜਿਹੜੀ ਆ ਕਰਨ ਦੀ ਲੋੜ ਆ ਅੱਗੇ ਭੇਜਣ ਤੋਂ ਪਹਿਲਾਂ ਅਦਰਵਾਈਜ਼ ਕਿਤੇ ਵੀ ਇਹੋ ਜਿਹਾ ਨੁਕਸਾਨ ਹੋ ਸਕਦਾ ਖਾਸ ਕਰਕੇ ਜਦੋਂ ਪਿੱਛੇ ਰਾਜਸੀ ਪਾਰਟੀਆਂ ਵੱਡੇ ਵੱਡੇ ਆਈਟੀ ਸੈੱਲ ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਫਲਾਉਣ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣ ਜ਼ਰੂਰੀ ਨਹੀਂ ਆਪਣੇ ਆਪ ਹੀ ਹੋਣਾ ਤੁਹਾਨੂੰ ਪਤਾ ਵੀ 2017 ਦੀਆਂ ਚੋਣਾਂ ਤੋਂ ਪਹਿਲਾਂ ਅਚਾਨਕ ਬੋੜ ਬੰਡੀ ਬੰਬ ਧਮਾਕਾ ਹੋ ਗਿਆ ਸਾਰੇ ਨਤੀਜੇ ਬਦਲ ਗਏ ਸੀਗੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਲਵਾਮਾ ਅਟੈਕ ਹੋ ਗਿਆ ਸੀਗਾ ਤੇ ਨਤੀਜੇ ਬਦਲ ਗਏ ਸੀਗੇ ਸੋ 2024 ਦੀਆਂ ਚੋਣਾਂ ਤੋਂ ਪਹਿਲਾਂ ਕੀ ਹੁੰਦਾ ਆ ਇਹਦੇ ਬਾਰੇ ਆਪ ਹੀ ਜਾਗਰੂਕ ਰਹਿਣ ਦੀ ਲੋੜ ਆ بڑے ਇਸ਼ਾਰੇ ਤੁਹਾਨੂੰ ਦਿੱਤੇ ਜਾ ਚੁੱਕੇ ਆ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗਾਇਕ ਸਿੰਧੂ ਮੂਸੇ ਵਾਲਾ ਦੇ ਮਾਪਿਆਂ ਦੀ ਜਿਨ੍ਹਾਂ ਵੱਲੋਂ ਕੱਲ ਵਿਧਾਨ ਸਭਾ ਜਿਹੜੀ ਆ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਕੇ ਇਨਸਾਫ ਦੀ ਮੰਗ ਕੀਤੀ ਗਈ ਉਹਨਾਂ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਆ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਹੜੇ ਸਾਜ਼ਿਸ਼ ਕਰਤਾ ਨੇ ਤੇ ਵੱਡੇ ਦੋਸ਼ੀ ਆ ਬਾਹਰ ਘੁੰਮ ਰਹੇ ਆ ਤੇ ਜਿਹੜੇ ਫੜੇ ਵੀ ਆ ਛੋਟੇ ਮੋਟੇ ਉਹਨਾਂ ਦੇ ਵੀ ਜੇਲ੍ਹ ਦੇ ਵਿੱਚ ਕਤਲ ਕੀਤੇ ਜਾ ਰਹੇ ਆ ਸੋ ਇਸ ਕਰਕੇ ਸਿੱਧੀ ਮੂਸੀ ਵਾਲੇ ਦੇ ਮਾਪੇ ਜਿਹੜੇ ਆਪਣੇ ਪੁੱਤ ਦੇ ਕਤਲ ਦੇ ਇਨਸਾਫ ਵਾਸਤੇ ਦਰਬਦਰ ਪਟਕ ਰਾਇਆ ਜੀ ਸੋ ਵਿਧਾਨ ਸਭਾ ਦੇ ਬਾਹਰ ਉਹਨਾਂ ਨੇ ਇਨਸਾਫ ਦੀ ਮੰਗ ਕਰਦਿਆਂ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਹੱਥ ਖੜੇ ਆ ਤਾਂ ਇਹ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ ਇਸ ਮੌਕੇ ਕੁਝ ਕਾਂਗਰਸੀ ਆਗੂ ਵੀ ਜਿਹੜੇ ਉਹਨਾਂ ਦੇ ਨਾਲ ਸ਼ਾਮਲ ਸਗੇ ਤੋਂ ਉਸ ਤੋਂ ਬਾਅਦ ਵਿੱਚ ਭਗਵੰਤ ਮਾਨ ਸਰਕਾਰ ਦੇ ਵਿੱਚ ਸੀਨੀਅਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਕੋਲ ਪਹੁੰਚੇ ਆ ਤੇ ਉਹਨਾਂ ਦੇ ਭਰੋਸਾ ਦੇਣ ਤੋਂ ਬਾਅਦ ਇਹ ਧਰਨਾ ਚੱਕਿਆ ਗਿਆ ਭਰੋਸੇ ਵਿੱਚ ਕਿਹਾ ਗਿਆ ਕਿ 20 ਮਾਰਚ ਤੋਂ ਬਾਅਦ ਸਿੱਧੀ ਉਹਨਾਂ ਦੀ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਾਈ ਜਾਊਗੀ ਸੋ ਮੁੱਖ ਮੰਤਰੀ ਦੀ ਮੀਟਿੰਗ ਦੇ ਵਿੱਚ ਉਹ ਆਪਣਾ ਪੱਖ ਵੀ ਦੱਸ ਸਕਦੇ ਆ ਸਰਕਾਰ ਵੀ ਆਪਣਾ ਪੱਖ ਦੱਸ ਸਕਦੀ ਆ ਵੀ ਉਹ ਕਿੱਥੇ ਤੱਕ ਪਹੁੰਚੀ ਆ ਤੇ ਗਾਂ ਉਹਨਾਂ ਦਾ ਏਜੰਡਾ ਕੀ ਆ ਸੋ ਇਸ ਭਰੋਸੇ ਤੋਂ ਬਾਅਦ ਅ ਮਾਪਿਆਂ ਨੇ ਧਾਰਨਾ ਜਿਹੜਾ ਚੁੱਕ ਲਿਆ ਆ ਤੇ ਨਾਲ ਹੀ ਵਾਰਨਿੰਗ ਵੀ ਦਿੱਤੀ ਆ ਕਿ ਜੇਕਰ 20 ਮਾਰਚ ਤੋਂ ਬਾਅਦ ਵੀ ਸਾਡੇ ਨਾਲ ਜਿਹੜੇ ਲਾਰੇ ਲੱਪੇ ਵਾਲੀ ਰਣਨੀਤੀ ਅਪਣਾਈ ਜਾਂਦੀ ਹੈ ਤੇ ਇਨਸਾਫ ਨਹੀਂ ਦਿੱਤਾ ਜਾਂਦਾ ਜਾਂ ਉਧਰੋਂ ਨਹੀਂ ਤੁਰਿਆ ਜਾਂਦਾ ਤਾਂ ਪੂਰੇ ਪੰਜਾਬ ਦੇ ਵਿੱਚ ਘਰ-ਘਰ ਜਾ ਕੇ ਦਸਤਕ ਦੇਣਗੇ ਤਾਂ ਕਿ ਉਹਨਾਂ ਦੇ ਬੇਟੇ ਦੇ ਕਤਲ ਦਾ ਇਨਸਾਫ ਜਿਹੜਾ ਉਹਨਾਂ ਨੂੰ ਮਿਲ ਸਕੇ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ ਕੱਲ ਨੂੰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਣੇ ਆ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ